ਅੱਜ ਗੱਲਾਂ ਸੱਚੀਆਂ ਕਰੋ। ਨੁਕਸਾਨ ਉਹਨਾਂ ਦਾ ਕਾਹਦਾ ਹੋਣਾ ਜੀ? ਆਹਰ ਉਦੋਂ ਮਿਸਾਲ ਪੈਸੇ ਲੈਣੇ ਆਏ 5,000 ਰੁਪਈਆ। ਅੱਛਾ, ਤੁਹਾਨੂੰ ਐਵੇਂ ਯਕੀਨ ਨਾ ਆਵੇ? ਮੈਨੂੰ ਵੀਡੀਓ ਕਾਲ ਕਰਕੇ ਕੰਡੇ ਤੇ ਗੱਡੇ ਚੜਾਵਣ ਵੱਛਾ। ਹਾਂਜੀ, ਜਿਹੜਾ ਜਾਣਵਰ ਹੀ ਮੇਰਾ ਵੀਡੀਓ ਕਾਲ ਕਰਕੇ ਕੰਡੇ ਤੇ ਚੜਾਵਣ ਦੀ ਪਰਚੀ ਸੈਂਡ ਕਰਨ ਪੈਸੇ ਤੇ ਘਰ ਬੈਗ ਲਵਾਂ। ਆਹ ਆ ਗਈ ਨਾ ਚੱਸ। ਮੈਂ ਬ੍ਰਾਹਮਣ ਦੇ ਡੋ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਸ਼ੁਰੂ ਕਰਤਾ ਹੂੰ ਅੱਲਾਹ ਕੇ ਨਾਮ ਸੇ ਜੋ ਬੜਾ ਮਿਹਰਬਾਨ ਹੈ ਰਹਿਮ ਕਰਨ ਵਾਲਾ ਹੈ। ਦੋਸਤੋ, ਬਜ਼ੁਰਗੋ, ਆਪ ਦੇਖ ਰਹੇ ਆਪਣਾ ਯੂਟਿਊਬ ਚੈਨਲ ਐਂਡ ਫੇਸਬੁੱਕ ਪੇਜ ਬਿਜ਼ਨਸ ਟਾਕਸ ਅਫੀਸ਼ਲ। ਤੋ ਆਜ ਜੈਸਾ ਕਿ ਮੈਂ ਪਹਿਲੇ ਸੋਮਵਾਰ ਕੋ ਆਤਾ ਥਾ, ਲੇਕਿਨ ਆਜ ਮੰਗਲ ਵਾਲੇ ਦਿਨ ਪਹੁੰਚਾ ਹੂੰ। ਯਹਾਂ ਪਰ ਮਾਸ਼ਾਅੱਲਾ ਨਹਾਇਤ ਹੀ ਖੂਬਸੂਰਤ, ਨਹਾਇਤ ਹੀ ਉਮਦਾ ਨਸਲ ਕੇ ਖੂਬਸੂਰਤ ਬਛੜੇ ਆਏ ਹੈ। ਤੋ ਯਹਾਂ ਪਰ ਕੁਛ ਇਹ ਵੀ ਚੀਜ਼ ਨਜ਼ਰ ਆਈ ਹੈ ਮੁਝੇ, ਮੈਨੇ ਸੋਚਾ ਕਿ ਵਿਊਜ਼ ਅੱਛਾ ਆ ਰਹਾ ਹੈ, ਇਹ ਵੀ ਦਿਖਾ ਦੂੰ। ਇਹ ਦੇਖ ਸਕਤੇ ਹੈ ਸੈਯਦ ਬਾਬਾ ਆਯਾਨ ਸ਼ਾਹ ਕ੍ਰਿਕਟ ਟੂਰਨਾਮੈਂਟ ਹੈ, ਉਸਮੇ ਜੋ ਰਾਏ ਜਵੇਦ ਸਾਹਿਬ ਪਾਰਟੀਸਪੇਟ ਕਰ ਰਹੇ ਹੈ। ਤੋ ਨੀਚੇ ਖਿਲਾੜੀਓ ਕੇ ਕਪਤਾਨੋ ਕੇ ਨਾਮ ਵੀ ਲਿਖੇ ਹੋਏ ਹੈ। ਤੋ ਵਰਸ ਟੈਲਸ ਸਪੋਂਸਰ ਅਬਦੁੱਲਾ ਕਟਾ ਫਾਰਮ, ਜੋ ਕਿ ਭਾਈ ਰਾਏ ਆਕਰ ਜਵੇਦ ਸਾਹਿਬ ਕੀ ਤਰਫ ਸੇ ਹੈ। ਤੋ ਯਹਾਂ ਪਰ ਮਾਸ਼ਾਅੱਲਾ ਚਲਤੇ ਹੈ ਭਾਈ ਆਕਰ ਜਵੇਦ ਕੇ ਪਾਸ, ਔਰ ਯਹਾਂ ਪਰ ਬੱਚੋਂ ਕੇ ਹਵਾਲੇ ਸੇ ਗੁਫ਼ਤਗੂ ਕਰਤੇ ਹੈ। ਜੀ ਅਸਲਾਮੁ ਅਲੈਕੁਮ। ਜੀ ਵਾਲੇਕੁਮ ਸਲਾਮ। ਰਾਏ ਸਾਹਿਬ ਕੀ ਹਾਲ ਹੈ? ਜੀ ਅੱਲਾਹ ਪਾਕ ਦਾ ਸਾਨ, ਤੁਸੀਂ ਸੁਣਾਓ? ਅਲਹਮਦੁਲਿਲਾ, ਥੋੜ੍ਹੇ ਅੱਗੇ ਆਉਣਾ, ਦਰਸ਼ਨ ਕਰਾਓ ਮੇਰੇ ਭਰਾਵਾਂ ਨੂੰ। ਜੀ ਸਰ। ਅੱਛਾ ਰਾਏ ਸਾਹਿਬ, ਸਭ ਤੋਂ ਪਹਿਲਾਂ ਆਪਣਾ ਤਾਰਫ ਕਰਾਓ। ਜੀ ਨਾਮ ਮੇਰਾ ਰਾਏ ਆਕਬ ਜਵੇਦ ਹੈ। ਜੀ ਜੀ। ਜ਼ਿਲ੍ਹਾ ਸਾਡਾ ਨਨਕਾਣਾ ਸਾਹਿਬ ਹੈ। ਜੀ ਜੀ। 16 ਕਿਲੋਮੀਟਰ ਪਿੱਛੇ ਜਸਲਾਣੀ ਮੋੜ ਹੈ। 16 ਕਿਲੋਮੀਟਰ ਜਸਲਾਣੀ ਮੋੜ। ਜੀ। ਤੇ ਫੋਨ ਨੰਬਰ ਦਿਓ ਜੀ। ਫੋਨ ਨੰਬਰ 0300 ਪੂਰਾ। ਹਾਂਜੀ। 34-28-7-99-799। ਰਾਏ ਸਾਹਿਬ, ਅੱਜ ਮਾਸ਼ਾਅੱਲਾ ਮੈਂ ਜਾਨਵਰ ਵਿਖਾ ਰਿਹਾ ਭਾਈ ਹਰਾਂ ਨੂੰ ਨਾਲੋ ਨਾਲ, ਤਸੱਲੀਆਂ ਕਰੋ, ਸ਼ੌਕ ਪੂਰੇ ਕਰੋ। ਕਹਿੰਦੇ ਹਜੇ ਕਿ ਇਹ ਜੀ ਭਾਈ ਤੁਸੀਂ ਤਸੱਲੀ ਨਾਲ ਜਾਨਵਰ ਨਹੀਂ ਵਿਖਾਉਂਦੇ। ਅੱਜ ਵੇਖੋ ਨਾਲ ਮੈਂ ਰਾਏ ਸਾਹਿਬ ਨੂੰ ਜਾਨਵਰ ਛੱਡਣੇ ਨਹੀਂ ਦੇ, ਇੱਕ ਆ ਕੇ ਕਰਕੇ ਇਕੱਲਾ ਇਕੱਲਾ ਅਸੀਂ ਵਿਖਾਵਾਂਗੇ, ਨਾਲੇ ਭਰਾ ਸਾਡੇ ਖੁਦ ਬੋਲਣਦੇ। ਜੀ ਰਾਏ ਸਾਹਿਬ, ਕਿੰਨੇ ਬੱਚੇ ਨੇ ਅੱਜ ਆਪਣੇ ਕੋਲ? ਆਪਣੇ ਕੋਲ ਬੱਚੇ ਹਨ 30-35। 30-35 ਬੱਚੇ? ਮਾਸ਼ਾਅੱਲਾ, ਸਾਰੇ ਹੀ ਦਿੰਦੇ? ਜੀ ਸਾਰੇ ਹੀ ਦਿੰਦੇ। ਕੋਈ ਖੀਰਾ ਤਾਂ ਨਹੀਂ ਦਾ? ਨਹੀਂ ਜੀ, ਖੀਰਾ ਕੋਣ ਵਿੱਚ। ਅੱਛਾ, ਅੱਜ ਮੇਰਾ ਭਰਾ ਮੁੱਟੇ ਦੇ ਨਾਲ ਦੇਗਾ ਜਾਂ ਉਸੇ ਤਰੀਕੇ ਤੋਲ ਕੇ ਦੇਗਾ? ਜੀ ਅਸੀਂ ਤੋਲ ਕੇ ਜਾਨਵਰ ਦਿੰਦੇ ਪਏ ਸ਼ੁਰੂ ਰੱਖ ਕੇ। ਅੱਛਾ, ਸਾਰਾ ਮਾਲ ਹੀ ਤੋਲ ਕੇ ਦਿੰਦੇ, ਝੋਟੀ, ਗੱਬਣ, ਫੰਡਰ, ਵੱਛੀ, ਵੱਛਾ, ਕੱਟੀ, ਕੱਟਾ, ਜਿਵੇਂ ਦਾ ਕੋਈ ਮਾਲ ਮੰਗਦਾ ਉਵੇਂ ਦਾ ਹੀ ਦੇਈਦਾ। ਨਹੀਂ, ਬਾਅਦ ਔਕਾਤ ਹੁੰਦੇ ਨਾ, ਕੋਈ ਦੋਸਤ ਰਾਤ ਆਉਂਦੇ ਨੇ, ਅਸੀਂ ਲਈਏ ਉਸੇ ਮੁਤਾਬਕ ਮੁੱਟੇ ਨਾਲ। ਜੀ ਜੀ। ਆਉਂਦੇ ਨੇ ਵਜ਼ਨ ਨਾਲ ਰਜਾ ਕੇ ਦਿੰਦੇ ਨੇ, ਚਾਹੇ ਤੁਸੀਂ 8 ਦਿਨ ਦੀ ਗਰੰਟੀ ਦਿੰਦੇ ਜੇ। ਜੀ ਜੀ। ਲੇਕਿਨ ਹਾਲਾਂਕੇ ਬਿਹਤਰ ਹੈ ਵਜ਼ਨ ਦੇ ਮੁਤਾਬਕ ਹੀ। ਜੀ ਜੀ। ਗੱਲ ਸਾਰੀ ਬਾਹਰ ਆ ਜਾਂਦੀ ਹੈ। ਬਿਲਕੁਲ ਜੀ। ਤੇ ਅੱਜ ਫਿਰ ਕੋਈ ਉਸ ਤਰੀਕੇ ਜਿਵੇਂ ਆਣ ਇਹ ਜਾਨਵਰ ਖੜਾ ਆਪਣਾ ਮਾਸ਼ਾਅੱਲਾ, ਉਵੇਂ ਮੁੱਟੇ ਨਾਲ ਵੀ ਦੱਸ ਦਿਓਗੇ ਜਾਂ ਤੋਲ ਦੇ ਬਗੈਰ ਹੀ ਨਹੀਂ ਦੇਣਾ? ਅਸੀਂ ਤੋਲ ਤੋਂ ਬਗੈਰ ਦਿੰਦੇ ਨਹੀਂ। ਤੋਲ ਦੇ ਬਗੈਰ ਨਹੀਂ ਦੇਣਾ? ਰੱਜੇ ਚੋਰੀ ਸਾਹਿਬ ਕੀ ਨੇ ਵੇਖੋ ਕਿ ਬਲਾ, ਇਹ ਰੱਜੇ ਨੇ ਜਾਨਵਰ। ਅੱਛਾ ਵੇਖੋ, ਆਹ ਵੱਖੀ ਵੇਖੋ ਕਿ ਬਲਾ, ਇਹ ਰੱਜੇ ਨੇ ਰੱਜੇ ਹੁੰਦੇ ਤਾਂ ਵੱਖੀਆਂ ਬਾਹਰ ਹੋਈਆਂ ਹੁੰਦੀਆਂ। ਸਾਡੇ ਕੋਲ ਜਿਵੇਂ ਗਾਹਕ ਆ ਜਾਂਦਾ, ਕੋਈ ਇੱਕ ਗਾਹਕ ਭੁੱਖਾ ਜਾਨਵਰ ਖਲੋਤਾ ਹੁੰਦਾ, ਯਕਦਮ ਗਾਹਕ ਆ ਜਾਂਦਾ। ਜੀ ਜੀ। ਠੀਕ ਹੈ, ਅਸੀਂ ਉਹਨੂੰ ਦੇ ਦੇਵੀਦਾ। ਤੁਸੀਂ ਉਸੇ ਤਰੀਕੇ ਦੇ ਦਿੰਦੇ? ਉਸੇ ਤਰੀਕੇ ਜਦੋਂ ਆ ਜੂ ਗਿਆ ਤੇ ਫਿਰ ਉਹਨੂੰ ਆਖੀਏ 10 ਮਿੰਟ ਬਹੁਤ ਜ਼ਿਆਦਾ ਗਾਣਾ, ਬਹੁਤ ਉਹਨੇ ਬਾਹਣਾ ਤਾਂ ਗਾਣੇ ਨਹੀਂ ਬਹਿਣਾ। ਠੀਕ ਹੈ, ਉਹਨਾਂ ਨਾਲ ਤੁਰ ਲਓ ਜੇ ਸੁਣਾ ਤੁਰ ਲਓ ਜੀ। ਅੱਛਾ, ਮੈਂ ਬਾਈ ਕੋ ਪੁੱਛਣਾ ਚਾਹੁੰਦਾ, ਸਾਰੇ ਦੋਂਦੇ ਨੇ? ਸਾਰੇ ਦੋਂਦੇ ਨੇ ਜੀ। ਕਿਸੇ ਨੂੰ ਦਾਗ ਦੱਬਾ? ਦਾਗ ਦੱਬਾ ਨਹੀਂ, ਅਸੀਂ ਦਾਗ ਦੱਬੇ ਵਾਲਾ ਜਾਨਵਰ ਲੈਂਦੇ ਨੇ, ਸਾਨੂੰ ਨਹੀਂ ਪਤਾ ਕਿ ਸਾਡੀ ਗਰੰਟੀ ਵਾਪਸ ਆ ਜਾਣਾ। ਮੇਰਾ ਭਰਾ ਕੁਰਬਾਨੀ ਵਾਲੇ ਜਾਨਵਰ ਕਿਸ ਰੇਟ ਦੇ ਰਿਹਾ? ਕੁਰਬਾਨੀ ਵਾਲਾ ਜਾਨਵਰ ਅਸੀਂ ਦੇ ਰਹੇ 380 ਰੁਪਏ ਕਿਲੋ। 380 ਰੁਪਏ ਕਿਲੋ? ਜੀ। ਇਹ ਨਾਲ ਸਾਨੂੰ ਫੋਨ ਕਰਦੇ ਨੇ ਕਿ ਯਾਰ ਤੁਹਾਡੀ ਪਿਛਲੀ ਵੀਡੀਓ 350 ਵਾਲੀ ਚੱਲੀਏ, ਫਿਰ 60 ਵਾਲੀ ਚੱਲੀਏ। ਉਹਨਾਂ ਨੂੰ ਇਹ ਦੱਸੋ ਕਿ ਹਰ ਵੀਡੀਓ ਦੇ ਵਿੱਚ ਅਸੀਂ ਰੇਟ ਦੱਸ ਦੇਵੀਦਾ ਹਰ ਵੀਡੀਓ ਤੋਂ ਬਾਅਦ, ਕਿਉਂਕਿ ਜਿਵੇਂ ਜਿਵੇਂ ਕੁਰਬਾਨੀ ਨਜ਼ਦੀਕ ਆਉਂਦੀ ਰੇਟ ਤਾਂ ਵਧਣਾ ਹੀ ਹੈਗਾ। ਵਧਣਾ ਹੁਣ ਪੁਰਾਣਾ ਰੇਟ ਹੋਣਾ, ਕੋ 2-3 ਮਹੀਨੇ ਵਾਲਾ ਰੇਟ ਮਿਲੇ ਤੋ ਤਾਂ ਜਾਨਵਰ ਨਹੀਂ ਨਾ ਮਿਲਣਾ ਹੈਗਾ। ਮੈਂ ਦੋਸਤਾਂ ਨੂੰ ਗੁਜ਼ਾਰਿਸ਼ ਕਰਨਾ ਚਾਹੀਦਾ, ਸਭ ਤੋਂ ਪਹਿਲੀ ਸਾਰ ਨਾਲ ਪਹਿਲੀ ਗੱਲ ਤਾਂ ਇਹ ਕਿ ਹਰ ਵੀਡੀਓ ਦੇ ਵਿੱਚ ਅਸੀਂ ਆਪਣਾ ਐਡਰੈਸ, ਨਾਂ ਸਾਰਾ ਪਤਾ ਦੱਸੀਦਾ। ਜੀ। ਜਿਹੜਾ ਭਰਾ ਫੋਨ ਕਰਦਾ ਪਹਿਲੇ ਤੋਂ ਦਿਨਾਂ, ਜੀ ਤੁਹਾਡਾ ਐਡਰੈਸ ਕੀ ਹੈ, ਤੁਸੀਂ ਰੇਟ ਆ ਦੇ ਰਹੇ ਹੋ, ਅੱਜ ਰੇਟ ਆ, ਉਹਨੂੰ ਆ ਮੈਂ ਆਖਣਾ ਚਾਹੁੰਦਾ ਕਿ ਭਰਾਵਾ ਤੂੰ ਅਗਲੀਆਂ ਪਿਛਲੀਆਂ ਵੀਡੀਓ ਚੈੱਕ ਕੀਤੀਆਂ ਕਰ, ਚੈੱਕ ਕਰਕੇ ਤਾਂ ਫਿਰ ਫੋਨ ਕੀਤਾ ਕਰ। ਅੱਛਾ, ਬਿਲਕੁਲ ਗੱਲ ਤੁਹਾਡੀ ਸਹੀ ਹੈ, ਉਹ ਤੁਹਾਡੀ ਗੱਲ ਮੈਂ ਤਸਲੀਮ ਕਰਨਾ। ਬਾਕੀ ਵਜ਼ਨ ਕਿੰਨਾ ਹੋਏਗਾ ਅੰਦਾਜ਼ੇ ਮੁਤਾਬਕ? ਘੱਟ ਤੋਂ ਘੱਟ ਵਜ਼ਨ ਸਾਡੇ ਕੋਲ 300 ਕਿਲੋ ਤੋਂ ਲੈ ਕੇ 400 ਕਿਲੋ ਤੱਕ ਵਜ਼ਨ। 300 ਕਿਲੋ ਤੋਂ ਲੈ ਦੇ 400 ਕਿਲੋ ਹੁੰਦਾ, ਯਾਨੀ ਕਿ 400 ਕਿਲੋ ਗੋਸ਼ਤ 10 ਰੁਪਏ ਜਾਂ ਲਾਈਵ ਵਜ਼ਨ? ਲਾਈਵ ਵਜ਼ਨ ਤੁਸੀਂ 10 ਰੁਪਏ ਜੀ, ਗੋਸ਼ਤ ਦੇ ਨਿਸਬ ਹਿੱਸੇ ਜਾ ਰਿਹਾ ਜੀ। ਗੱਲ ਇੰਜ ਜੀ ਭਾਈ, ਹਾਂਜੀ ਹਾਂਜੀ, ਰਾਏ ਸਾਹਿਬ 300 ਕੇਜੀ ਵਾਲਾ ਜਾਨਵਰ ਜੀ, 380 ਰੁਪਏ ਕਿਲੋ ਹੀ ਹੈ? 380 ਰੁਪਏ ਕਿਲੋ।
चाहे खीरा है चाहे धुंधा। खीरा देंदे ही नहीं, धुंधा देने। धुंधा देंदे जे? हाँ जी। वे लिया रहा सर। हाँ जी, अपनी तसल्ली करके ले जावन। कोई दोस्त हजरात कहंदे ने कि असीं खीरे भी पाना चाहणे आ, फिर थोड़ा की देना? रेट ओ ही मिलेगा वड्डे बच्चे दा। वड्डे बच्चे दा? हाँ जी। कोई लोग दोस्त हजरात रेहड़ियां वास्ते लेंदे ने? हाँ जी जी, पसंद करदे ने। रेहड़ियां वास्ते रेट जिहड़ा हुण डिमांड जिहड़े चलन डिया उस रेट नूं देवांगे, क्योंकि तुहानूं वी पता खीरा होवे तुहानूं रेट देख के मिलण डिया इस टाइम। ते जानवर कित्थे दे रहे जी हुण? जानवर जा रहे ने सनाब साडे शेखपुरे, जिला शेखपुरे दे विच। जिला शेखपुरे? हाँ जी। क्या बात है जी, ननकाणा दे हो के शेखपुरे छा गया जी। हाँ जी। शेखपुरे किवें पहुंच गया जानवर? किहड़ा ऐसा बंदा आ गया तुहाडे कोल इत्थे? क्योंकि शेखपुरे का भरा हैगा साडा, असीं उहदा नाम नहीं लैणा चाहुंदे जी जी। उह आंदा यार मैं सारिआं बंदिआं दीआं वीडियो वेखना जी, तेरीआं गल्लां दा सवाद बड़ा आउंदा जी, गल्लां तूं सिद्धीआं तां साफ ही करना। ठीक है। अच्छा अच्छा। उह आंदा गल्लां तेरीआं मैनूं बड़ियां चंगीआं लगीआं, मैं तां तेरे कोल। उहने सानूं 28 बच्चिआं दा बयान दित्ता, 30 बच्चे आंदे ने। 30 बच्चे लैंदे जी? हां जी। ते 28? अच्छा, डिलीवरी तुहाडी आ उहनां दी? डिलीवरी साडी है। 200 किलोमीटर तक? 300 किलोमीटर? 200 किलोमीटर, 225 किलोमीटर तक। अच्छा, उन्होंने पर तुम डिलीवरी दे रहे हैं? डिलीवरी ऐसी दे रहे हैं। अच्छा, तो अगे आओ। हो सका जानवर मेरे लिया ने के बंदे आखन के वाकई यार जानवर आए ने। अपने वो नस्ल केड़ी है? साडे को नस्ल साहीवाल चौलोस्तानी। साहीवाल ते चौलोस्तानी बच्चे मौजूद खड़े ने? बच्चा वे ओ भी गोने? गोने सारे बच्चे गोने। अच्छा। हां, एक बच्चे रह गए ना सिंह थोड़े जो भी माड़े जे। लाल बच्चा हो गया, चौलोस्तानी बच्चा हो गया, धुन जल राला हो गया, इनका माल एडी छेती बंदा कौन ही दिंदा? नहीं दिंदा। ठीक है। वह दरगे मरगे जिवें जो जानवर ने वड्डे वड्डे सिंघां वाले लियाण के दे दिंदे। लो जी, इत्थे अल्लाह दे हुक्म दे नाल चीज चंगी मिलेगी। मैं भाई साहब को पूछना चाहना, जी तू दरगियां की गल की, मिसाल दरगियां मराद क्रॉस च जी जी, कोई ओया भी जानवर कुर्बानियां लेना चाहता हो जिवें दा कोई मंगेगा उवें दा ही मिल जाएगा? उनका की रेट होएगा? रेट जेड़ा उनका 10 रुपये घट होएगा। 370 रुपये? हाँ जी। भाई जवेद, प्यार करो, नफरत ना करो। चलो जी, हम 10 रुपये दो घट बेचने, 15 रुपये घट कर लवेंगे। 15 रुपये कर लो? ਉਹਦੀ ਮੁੜੇ ਗੱਲ ਨੂੰ ਨਹੀਂ ਆਖਣਾ, ਕਹਿੰਦਾ ਧੁੰਨ ਕੋਣੀ ਦਿੰਦੀ ਜਾਲਰ ਕੋਣੀ, ਜਿਵੇਂ ਲੋਕਾਂ ਤਰ੍ਹਾਂ ਲੈਂਦਾ ਉਵੇਂ ਤਾਂ ਅਸੀਂ ਦੇਣਾ ਨੇ। ਬਿਲਕੁਲ ਸਹੀ ਗੱਲ, ਲੋਕਾਂ ਨਾਲੋਂ ਇੱਕ ਮੁੜ 15 ਰੁਪਏ ਰੇਟ ਵੀ ਤਾਂ ਘੱਟ ਵੇਚਣੇ ਨੇ ਨਾ। 15 ਰੁਪਏ ਰੇਟ ਘੱਟ ਹੋਏਗਾ, ਯਾਨੀ ਕਿ 365 ਰੁਪਏ ਹੋਏ। 365 ਰੁਪਏ ਦੇਵਾਂਗੇ। 365 ਰੁਪਏ ਆਫਰ ਆ ਗਈ ਜੀ। 365 ਰੁਪਏ ਕਿਲੋ ਭਾਈ ਜਾਨ ਜਾਨਵਰ ਲੈ ਕੇ ਆ ਗਏ ਨੇ, ਉਹ ਵੀ ਸਿੰਘਾਂ ਵਾਲੇ ਕਰਾਸ ਚ। ਕੱਲ ਨੂੰ ਇਹ ਨਾ ਹੱਥ ਲਾਓ ਜੀ ਤੁਸੀਂ 365 ਰੁਪਏ ਰੇਟ ਦਿੱਤਾ ਪਿਓਰ ਸਾਹੀਵਾਲ ਦਾ, ਪਿਓਰ ਚੌਲਸਤਾਨੀ ਦਾ। ਨਹੀਂ, ਮੈਂ ਇਹ ਕੰਮ ਨਾ ਹੋਵੇ, ਸਾਰੀਆਂ ਗੱਲਾਂ ਭਰਾਵਾਂ ਅੱਗੇ ਖੋਲ੍ਹ ਕੇ ਕੀਤੀਆਂ ਜਾਣ, ਉਹ ਅੱਛੀਆਂ ਨੇ ਜੀ। ਰਾਜ ਸਾਹਿਬ ਜੀ, ਅੱਗੇ ਚਲੋ ਜੀ। ਮਾਸ਼ਾਅੱਲਾ, ਤੁਸੀਂ ਆਪਣੇ ਕੁਝ ਲੋਕ ਤਾਂ ਪਸੰਦ ਕਰਦੇ ਨੇ ਧੰਨੀ ਦੇ ਜੀ ਜੀ, ਕੁਝ ਚੌਲਸਤਾਨੀ ਪਸੰਦ ਕਰਦੇ ਨੇ ਜੀ, ਤੁਸੀਂ ਪਿਓਰ ਸਾਹੀਵਾਲ ਨਸਲ ਦੇ ਇੱਧਰ ਜਾਨਵਰ ਲੈ ਜਾਂਦੇ? ਸਾਡੇ ਕੋਲ ਜਿਹੜਾ ਨਾ ਧੰਨੀ ਦਾ ਮਾਲ ਨਹੀਂ ਹੁੰਦਾ, ਸਾਡੇ ਕੋਲ ਦੋ ਹੀ ਨਸਲਾਂ ਨੇ, ਜਾਂ ਚੌਲਸਤਾਨੀ ਹੈ ਜਾਂ ਸਾਹੀਵਾਲ ਹੈ। ਅੱਛਾ। ਜਾਂ ਕਰਾਸ ਮੰਗਣਗੇ, ਕਰਾਸ ਮਿਲ ਜਾਏਗਾ। ਕਰਾਸ ਦਾ ਮਤਲਬ ਹੈ ਸਿੰਘਾਂ ਵਾਲਾ, ਵਲਾਇਤੀ ਵਿੱਚ ਕਰਾਸ ਹੈ। ਵਲਾਇਤੀ ਕਰਾਸ ਹੈ ਜੀ। ਅਗਰ ਕੋਈ ਆਉਂਦਾ ਹੈ ਕਿ ਸਾਨੂੰ ਨਾਰਮਲ ਰੇਂਜ ਦਾ ਸਭ ਤੋਂ ਤੁਲਨ ਦੇ ਬਗੈਰ ਚਾਹੀਦਾ ਹੈ, ਫਿਰ ਕੋਈ ਤੁਲਨ ਤੋਂ ਬਗੈਰ ਅਸੀਂ ਦਿੰਦੇ ਨਹੀਂ, ਤੁਹਾਨੂੰ ਅੱਗੇ ਦੱਸਿਆ ਯਾਰ, ਉਹ ਅੱਗੇ ਦਿੰਦੇ ਹਜੇ। ਹੁਣ ਮੈਂ ਇਹ ਹੀ ਪੁੱਛਣਾ ਚਾਹੁੰਦਾ, ਕੁਝ ਮਾੜੇ ਭਰਾ ਇੱਕਾ ਦੁੱਕਾ ਦੁਕਾਨ ਵਾਲੇ ਹੁੰਦੇ ਨੇ, ਉਹ ਇੱਕਾ ਦੁੱਕਾ ਵੀ ਤੋਲ ਕੇ ਲੈ ਜਾਣ ਭਰਾ ਸਾਡੇ ਤੋਲ ਕੇ ਲੈ। ਸੂਲ ਜਿਹੜਾ ਹੈ ਕਿ ਉਹ ਮੁੜ ਸਾਰਿਆਂ ਵਾਸਤੇ ਹੀ ਇੱਕੇ, ਸਾਰਿਆਂ ਵਾਸਤੇ ਹੀ ਇੱਕੇ। ਉਹਨੇ ਵਿਚਾਰਾ ਕਰਾਇਆ ਦੇ ਪੱਲੋ ਭਰਨਾ ਨਾ ਭਾਈ ਜਵੇਦ ਜੀ, ਅਸੀਂ ਉਹਨਾਂ ਨਾਲ ਜਿੰਨੇ ਜੋਗੇ ਹੋਏ ਅਸੀਂ ਉਹਨਾਂ ਨਾਲ ਤਾਮਣ ਕਰਾਂਗੇ। ਅੱਛਾ, ਪੱਕੀ ਗੱਲ ਹੈ? ਹਾਂ, ਪੱਕੀ ਗੱਲ ਹੈ। ਫੁੱਲ ਸਪੋਰਟ ਕਰੋਗੇ? ਫੁੱਲ ਸਪੋਰਟ ਕਰਾਂਗੇ ਉਹਨਾਂ ਦੀ। ਅੱਛਾ, ਬੱਚਿਆਂ ਦੀ ਕਿੰਨੀ ਹੋਮ ਡਿਲੀਵਰੀ ਫ੍ਰੀ ਹੈ? 12 ਦੀ। ਕੱਟਿਆਂ ਦਾ ਕੀ ਰੇਟ ਹੈ? ਕੱਟੇ ਦਾ ਰੇਟ ਜਿਹੜਾ 150 ਕੇਜੀ ਤੱਕ ਹੈ, 260 ਰੁਪਏ। ਉਹ ਵੀ ਮੈਂ ਤੁਹਾਨੂੰ ਵਿਖਾ ਦੇਣਾ, ਆ ਜਾਓ ਵਿਖਾਓ। ਉਹ ਵੇਖੋ ਜੀ, ਰਾਸਾ ਇਹ ਜੀ ਕੱਟੇ ਨੇ 120 ਕਿਲੋ, 110 ਕਿਲੋ, 120 ਕਿਲੋ, 30 ਕਿਲੋ। ਅੱਛਾ, ਇਹ ਰੇਂਜ ਦੇ ਖਲੋਤੇ ਨੇ? ਆਹ ਰੇਂਜ ਦੇ? ਹਾਂਜੀ, ਇਹ ਬਰਾਵਣ ਮਿਲਣਗੇ 260 ਰੁਪਏ ਕਿਲੋ। 260 ਰੁਪਏ ਕਿਲੋ ਜੀ। ਤੇ ਇਹ ਜਿਹੜੇ ਨੇ ਰੇਟ ਇੱਕ ਹੀ, 260 ਹੀ। ਕੋਈ ਪਿਆਰ ਵਾਲਾ ਕੋਈ ਇਕੱਠਾ ਕਹਿੰਦਾ 100-150 ਇਕੱਠਾ ਚਾਹੀਦਾ, ਫਿਰ 500 ਵੀ ਚਾਹੀਦਾ, ਫਿਰ ਰੇਟ ਇਹੋ ਹੀ ਹੋਏਗਾ। ਸੁੱਚਾ ਤੇ ਖਰਾ ਮਾਲ ਮਿਲਣਾ। ਸੁੱਚਾ ਤੇ ਖਰਾ? ਸੁੱਚਾ ਤੇ ਖਰਾ। ਕਿਵੇਂ ਅੱਜ ਢਿੱਲੇ ਢਿੱਲੇ ਜੇ? ਢਿੱਲਾ ਢਿੱਲਾ। ਅੱਜ ਉਹ ਚਸ ਨਹੀਂ ਆ ਰਹੀ ਵੀਡੀਓ ਦੀ? ਕਿਉਂ? ਅੱਜ ਟੈਡ ਤਾਂ ਨਹੀਂ ਬੋਲਦਾ ਪਿਆ? ਨਹੀਂ ਨਹੀਂ, ਟੈਡ ਆਪਾਂ ਅੱਲਾ ਦੇ ਹੁਕਮ ਨਾਲ ਟੈਡ ਕਿਉਂ ਨਹੀਂ ਆਉਣਾ? ਨਹੀਂ, ਅੱਜ ਢਿੱਲੇ ਢਿੱਲੇ ਮੈਂ ਲੱਗਦੇ ਤੁਸੀਂ ਹੈਗੇ, ਜਾਂ ਨਿੰਦਰ ਚ ਆਏ ਜੇ ਜਾਂ ਫਿਰ ਖਾ ਭੇਜ ਕੇ ਵੀਡੀਓ ਬਣਵਾ ਰਹੇ ਜੇ? ਨਹੀਂ ਨਹੀਂ, ਹਕੀਕਤ ਚ ਬਣਵਾ ਰਹੇ। ਅੱਛਾ, ਮੈਂ ਹੋਰ ਚੋਕਾ ਰੌਲਾ ਪਾਇਆ ਵੀ ਮੀਆਂ ਸਾਹਿਬ ਇੰਜ ਬੰਦਾ
ਕੋਝਾ ਜਿਹਾ ਲੱਗਦਾ, ਅੱਛਾ ਨਹੀਂ ਲੱਗਦਾ ਬੰਦਾ, ਕੋਝਾ ਲੱਗਦਾ। ਹਾਂਜੀ। ਅੱਛਾ, ਤੁਸੀਂ ਕਹਿ ਰਹੇ ਹਜੇ ਸਾਡੀ 8 ਦਿਨ ਦੀ ਗਾਰੰਟੀ ਹੈ ਜੀ ਸਰ। ਮੈਂ ਅੱਜ ਗੱਲਾਂ ਨੂੰ ਕੁਝ ਵਜ਼ਾਹਤ ਦੇ ਨਾਲ ਪੁੱਛਣਾ ਚਾਹੁੰਦਾ ਜੀ ਜੀ। ਰਾਏ ਸਾਹਿਬ, ਨਾਰਾਜ਼ਗੀ ਦਾ ਇਜ਼ਹਾਰ ਹੈ, ਨਹੀਂ ਕਰਨਾ? ਬਿਲਕੁਲ ਜੀ, ਕਿਉਂ? ਕਿਉਂਕਿ ਤੁਸੀਂ ਵੀ ਸਾਡੇ ਭਰਾ ਜੇ ਜੀ, ਜਿਹੜੇ ਸਾਡੇ ਨੂੰ ਤੱਕਦੇ ਨੇ ਉਹ ਮੇਰੀ ਹੈ ਫੈਮਿਲੀ ਜੀ ਜੀ। ਮੈਂ ਫੈਮਿਲੀ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਜੀ ਜੀ। ਇੱਕ ਤੁਹਾਨੂੰ ਨਾਰਾਜ਼ ਕਰ ਲਾਂ, ਗੁਜ਼ਾਰਾ ਹੋ ਜਾਏਗਾ। ਬਿਲਕੁਲ ਜੀ। ਤੇ ਉਹਨਾਂ ਨਾਰਾਜ਼ ਨਹੀਂ ਕਰਨਾ ਚਾਹਣਾ ਜੀ। ਗੱਲ ਤੁਸੀਂ ਦਿੰਦੇ ਜੇ 8 ਦਿਨ ਦੀ ਗਾਰੰਟੀ? ਹਾਂਜੀ ਦਿੰਦੇ ਜੀ। ਬਿਲਕੁਲ। ਕੁਝ ਬੰਦੇ ਐਸੇ ਹੁੰਦੇ ਨੇ ਉਹਨਾਂ ਦੀ ਸਾਨੂੰ 8 ਦਿਨ ਦੀ ਗਾਰੰਟੀ ਦਿੰਦਾ ਹੈ। ਹਾਂਜੀ। 8 ਦਿਨਾਂ ਦੇ ਕਿਸ ਤਰੀਕੇ ਵਜ਼ਨ ਦੀ ਗਾਰੰਟੀ ਦਿੰਦਾ ਹੈ? ਹੁਣ ਸਾਡੇ ਕੋਲ ਤੋਂ ਜਾਣੋ ਤੋੜ ਲੈਂਦੇ ਨੇ। ਹਾਂਜੀ। ਅਸੀਂ ਪੈਸੇ ਵੀ ਸਾਰੇ ਅਦਾ ਕਰ ਦਿੰਦੇ ਹਾਂ। ਅੱਛਾ। ਬਾਕੀ ਰਹਿ ਗਿਆ ਇੱਥੋਂ ਲੈ ਤੇ ਚਲੇ ਗਏ, ਇਹ ਆਪਣੇ ਘਰ, ਅਸੀਂ ਆਪਣੇ ਘਰ। ਬਿਲਕੁਲ, ਸੋਹਣੀ ਗੱਲ ਹੈ। ਹੁਣ ਸਾਡਾ ਉਹਦਾ ਕਿਵੇਂ, ਅਸੀਂ ਉੱਥੇ ਜਾ ਜਾਂਦੇ ਹਾਂ 2 ਦਿਨਾਂ ਬਾਅਦ, 3 ਦਿਨਾਂ ਬਾਅਦ, 4 ਦਿਨ ਬਾਅਦ, 5 ਦਿਨ ਬਾਅਦ ਅਸੀਂ ਵਜ਼ਨ ਕਰਨੇ ਆ। ਹਾਂਜੀ। ਜਾਨਵਰ ਦਾ ਵਜ਼ਨ ਜਾਂਦਾ ਘੱਟ। ਬਿਲਕੁਲ। ਉਹਦਾ ਕੀ ਹੱਲ ਹੋਵੇਗਾ? ਉਹਦਾ ਹੱਲ ਹੋਵੇ, ਫੋਨ ਹੈਗਾ ਇਹਦਾ। ਹਾਂਜੀ। ਰਾਬਤਾ ਹੈਗਾ ਇਹਦਾ, ਹੈਗਾ ਐਡਰੈਸ, ਹੈਗਾ ਹੈਗਾ, ਅੱਡਾ ਉਹਨਾਂ ਵੇਖਿਆ ਆ, ਵੇਖਿਆ ਇੱਥੇ ਆਵਣ। ਉਹ ਗੱਡੀ ਕਰਾਉਣ 5000 ਦੀ, 5000 ਦੀ ਪੱਲੋ ਤੇਲ ਸਾੜਨ ਆਦੇ, ਨੁਕਸਾਨ ਉਹਨਾਂ ਦਾ ਹੋ ਗਿਆ। ਕਿਉਂ ਨੁਕਸਾਨ ਉਹਨਾਂ ਦਾ ਹੋਵੇਗਾ? ਅੱਜ ਗੱਲਾਂ ਸੱਚੀਆਂ ਕਰੋ, ਨੁਕਸਾਨ ਉਹਨਾਂ ਦਾ ਕਾਹਦਾ ਹੋਣਾ ਜੀ? ਆਹ ਉਦੋਂ ਮਿਸਾਲ ਤੋਂ ਪੈਸੇ ਲੈਣੇ ਆਏ 5000 ਰੁਪਈਆ। ਅੱਛਾ। ਤੁਹਾਨੂੰ ਐਵੇਂ ਯਕੀਨ ਨਾ ਆਵੇ, ਮੈਨੂੰ ਵੀਡੀਓ ਕਾਲ ਕਰਕੇ ਕੰਡੇ ਤੇ ਗੱਡੇ ਚੜਾਵਣ ਵੱਛਾ। ਹਾਂਜੀ। ਜਿਹੜਾ ਜਾਨਵਰ ਹੀ ਮੇਰਾ ਵੀਡੀਓ ਕਾਲ ਕਰਕੇ ਕੰਡੇ ਤੇ ਚੜਾਵਣ ਦੀ ਪਰਚੀ ਸੈਂਡ ਕਰਨ, ਪੈਸੇ ਤੇ ਘਰ ਬੈਗ ਲਵਾ। ਆਹ ਆ ਗਿਆ ਨਾ ਚੱਸ, ਮੈਂ ਭਰਾਵਾਂ ਦੇ ਡਾਊਟ ਖਤਮ ਕੀਤੇ ਨੇ, ਉਹਨਾਂ ਸਵਾਲ ਮੇਰੇ ਅੱਗੇ ਰੱਖੇ ਸਨ ਜੀ ਜੀ। ਮੇਰੀ ਗੱਲ ਦਾ ਗੁੱਸਾ ਨਹੀਂ ਕਰਨਾ, ਗੁੱਸਾ ਅੱਲਾ ਮਾਫ ਕਰੇ। ਤੁਸੀਂ ਸਾਡੇ ਭਰਾ ਜੇ, ਉਹ ਮੇਰੀ ਫੈਮਿਲੀ ਹੈ। ਬਿਲਕੁਲ ਜੀ। ਮੈਂ ਉਹਨਾਂ ਨਾਲ ਚੱਲਣਾ ਤੇ ਤੁਹਾਡੇ ਨਾਲ ਚੱਲਣਾ। ਬਿਲਕੁਲ। ਹਰ ਗੱਲ ਵਜ਼ਾਹਤ ਨਾਲ ਪੁੱਛੀ ਜਾਵੇ, ਨਾ ਉਹਨਾਂ ਸ਼ੱਕ ਰਵੇ ਨਾ ਤੁਹਾਨੂੰ। ਬਿਲਕੁਲ ਜੀ। ਭਾਈ ਜਵੇਦ ਦਾ ਕਹਿਣਾ ਇਹ ਕਿ ਅਗਰ 8 ਦਿਨ ਦੇ ਅੰਦਰ ਅੰਦਰ ਕੋਈ ਵਜ਼ਨ ਘਟਦਾ, 7ਵੇਂ ਦਿਨ ਜਾ ਵਜ਼ਨ ਇਹ ਨਾ ਹੋਵੇ, ਜਾਂਦੇ ਨਾਲ ਵਜ਼ਨ ਠੋਕ ਦੇਵੋ। ਬਿਲਕੁਲ ਭਾਈ ਜੀ, ਨਹੀਂ ਗੱਲ? ਬਿਲਕੁਲ ਜੀ। ਉੱਥੇ ਵਜ਼ਨ ਘਟ ਜਾਏ ਉਹਨਾਂ ਜਾਨਵਰ ਸਟ੍ਰੈਸ 'ਚ ਆ ਜਾਂਦਾ। ਬਿਲਕੁਲ ਆ ਜਾਂਦਾ। ਨਾਲੇ ਹੁਣ ਇੱਕ ਗੱਲ ਹੈ ਨਾ, 8 ਦਿਨ ਦੀ ਗਾਰੰਟੀ ਦਿੰਦੇ, ਹੁਣ ਜਾ ਕੇ ਮੈਂ ਡੰਗਰਾਂ ਨੂੰ ਪੱਠੇ ਨਹੀਂ ਪਾਉਂਦਾ, ਪੂਰਾ ਜਿਹਾ ਕੰਮ ਕਰ ਦਿੰਦਾ। ਹਾਂਜੀ ਜੀ। ਉਹ ਮੈਂ ਆਖਾਂ ਕਿ ਯਾਰ 8 ਦਿਨਾਂ ਬਾਅਦ ਮੇਰੀ ਤਾਂ ਗਾਰੰਟੀ ਹੈਗੀ ਹੈ ਇਹਦੀ। ਹਾਂਜੀ ਹਾਂਜੀ। ਪੂਰਾ ਜਿਹਾ ਕੰਮ ਰੱਖ ਕੇ 8 ਦਿਨਾਂ ਬਾਅਦ ਵਜ਼ਨ ਕਰਾਵਾਂ ਤਾਂ ਘਟ ਜਾਵੇ, ਤਾਂ ਆਖਣ ਉਹ ਤਾਂ ਮੁੜ ਦੋਨੋਂ ਵੀ ਨਜ਼ਰ ਆ ਜਾਣਾ, ਜਾਨਵਰ ਤਾਂ ਸਾਨੂੰ ਵੀ ਨਜ਼ਰ ਆ ਜਾਣਾ ਕਿ ਭੁੱਖਾ ਹੈ ਜਾਂ ਤੱਸਾ ਜਾਂ ਕੀ ਹੈਗਾ। ਉਹ ਗੱਲ ਸਾਰੀ ਬਾਹਰ ਆ ਜਾਂਦੀ। 2-4 ਦਿਨ ਡੰਗਰ ਨੂੰ ਪੱਠੇ ਨਾਲ ਤਰੀਕੇ ਨਾਲ ਮਿਲਣ ਤਾਂ ਡੰਗਰ ਆਪਣੇ ਆਪ ਥੱਲੇ ਆ ਜਾਂਦਾ। ਥੱਲੇ ਆ ਜਾਂਦਾ, ਬਿਲਕੁਲ ਸਹੀ ਗੱਲ ਹੈ। ਲਓ ਬਾਈ ਜਾਨ, 8 ਦਿਨ ਦੀ ਗਾਰੰਟੀ, YouTube ਦੇ ਪਹਿਲੀ ਵਾਰ ਇਸ ਗਾਰੰਟੀ ਨਾ ਕਿਸੇ ਦਿੱਤੀ ਹੈ। ਮੈਂ ਅੱਗੇ ਵੀ ਇਹ ਭਰਾਵਾਂ ਨੂੰ ਦੱਸਿਆ ਸੀ, ਨਾ ਕਿਉਂ ਦੇ ਰਿਹਾ, ਸਿਰਫ ਕਿਹਨਾਂ ਦੀ ਦੇ ਰਿਹਾ? ਮੌਕੇ ਦੇ, ਮੌਕੇ ਦੀ ਮੁਨਾਸਬਤ ਦੇ ਨਾਲ, ਮੌਕੇ ਦੇ ਫਾਇਦਾ ਚੁੱਕਣ ਦੇ ਨਾਲ, ਮਾਲ ਵੀ ਕੁਆਲਿਟੀ ਵਾਲਾ ਮਿਲੇਗਾ, ਨਾਲ ਮਾਲ ਵੀ ਕੁਆਲਿਟੀ ਦਾ, ਹਾਂਜੀ, ਅੱਛੀ ਕੁਆਲਿਟੀ, ਨਾਫ ਝਾਲਰ, ਨਾਫ ਤੇ ਝਾਲਰ, ਇਹ ਚੈੱਕ ਕਰੋ, ਨਾਫ ਕਿੱਥੇ ਖੜੀ ਹੈ, ਝਾਲਰ ਕਿ ਪੱਖਾ। ਤਾਰੀਫ ਉਸ ਜ਼ਾਤ ਦੀ ਹੈ, ਲੇਕਿਨ ਜਿਹੜੀ ਚੀਜ਼ ਤਾਰੀਫ ਦੇ ਕਾਬਲ ਹੋਵੇ ਨਾ ਭਰਾਵੋ, ਦੋਸਤੋ, ਉਸ ਚੀਜ਼ ਨੂੰ, ਉਸ ਚੀਜ਼ ਦੀ ਤਾਰੀਫ ਕਰਨੀ ਚਾਹੀਦੀ ਹੈ। ਜਿਸ ਤਰੀਕੇ ਹੁਣ ਤੁਸੀਂ ਜਾਨਵਰ ਚੈੱਕ ਕਰ ਰਹੇ ਜੇ, ਕੁਆਲਿਟੀ ਵਾਲਾ ਮਾਲ ਹੈ। ਗੱਲ ਕਰ ਰਿਹਾ ਸਾ 8 ਦਿਨ ਦੀ ਗਾਰੰਟੀ ਦੀ, ਕਹਿੰਦੇ ਨੇ 8 ਦਿਨ ਜਿਹੜੇ ਬੰਦੇ ਦੋਸਤ ਹਜ਼ਰਾਤ ਦੇ ਰਹੇ ਨੇ, ਮੇਰੇ ਸਾਰੇ ਭਰਾ ਨੇ, ਉਹ ਮੌਕੇ ਦਿੰਦੇ ਨੇ, ਮੌਕੇ ਸੱਜੇ ਪਾਸੇ ਜੇਬੇ ਪੈਸੇ ਪਾਏ। ਕਿਉਂ ਚਾਚਾ ਸ਼ਬਾਜ਼, ਇੰਝ ਗੱਲ ਹੈ, ਸੱਜੇ ਪਾਸੇ ਪੈਸੇ ਪਾਏ, ਤੁਸੀਂ ਕੌਣ ਅਤੇ ਮੈਂ ਕੌਣ? ਉਹ ਆਪਦੇ ਘਰ ਅਤੇ ਅਸੀਂ ਆਪਣੇ ਘਰ। ਲੇਕਿਨ ਭਾਈ ਜਵੇਦ ਰਾਏ ਆਕਾ ਜਵੇਦ ਸਾਹਿਬ ਜਸਲਾਣੀ ਮੋੜ ਵਾਲੇ, ਜਸਲਾਣੀ ਮੋੜ ਵਾਲੇ ਨਨਕਾਣਾ ਸਾਹਿਬ ਦੇ ਕੋਲ 16 ਕਿਲੋਮੀਟਰ ਦੂਰ, ਫਿਰ ਫਿਰੋਜ਼ ਵਟਵਾ ਨੇੜੇ, ਵਾਰ ਬਟਨ ਨੇੜੇ, ਸ਼ੋਹਪੁਰਾ ਵਾਲੀ ਸਾਈਡ 'ਤੇ, ਜਿੱਧਰੋਂ ਮਰਜ਼ੀ ਆਓ, ਇਸ ਬਾਈ ਦੇ 8 ਦਿਨ ਦੀ ਗਾਰੰਟੀ ਹੈ। 8 ਦਿਨ ਦੇ ਅੰਦਰ ਖੁਰਾਕ ਪਾਉਣਾ ਤੁਹਾਡਾ ਵੀ ਫਰਜ਼ ਬਣਦਾ। ਤੁਸੀਂ ਲੈ ਕੇ ਜਾਂਦੇ ਜੇ, ਕੋਈ 2 ਦਿਨ ਰੈਸਟ ਦਿਓ, 3 ਦਿਨ 4 ਦਿਨ ਤੱਕ ਉਸ ਜਾਨਵਰ ਦੀ ਖਿਦਮਤ ਕਰੋ, ਫਿਰ ਉਹਦਾ ਭਾਵੇਂ ਵਜ਼ਨ ਕਰੋ। ਅਗਰ ਉਹ ਵਜ਼ਨ ਘਟਦਾ ਤਾਂ ਉਹਦੀ ਲਾਈਵ ਵੀਡੀਓ ਬਣਾਓ, ਫਿਰ ਭਾਈ ਰਾਏ ਆਕ ਜਵੇਦ ਸਾਹਿਬ ਉਹਦਾ ਤੁਹਾਨੂੰ ਰਿਸਪੋਂਸ ਦੇਣਗੇ। ਨਾ ਦੇਣ ਤਾਂ ਮੈਂ ਬੈਠਾ ਜੀ, ਇਨਸ਼ਾਅੱਲਾ ਰਾਏ ਸਾਹਿਬ ਮੈਨੂੰ ਇੰਨਾ ਯਕੀਨ ਨੇ 2 ਨੰਬਰ ਹੀ ਨਹੀਂ ਕਰਨਗੇ। ਅਤੇ ਇਹਨਾਂ ਕੋਲ ਆਓ ਤਾਂ ਮਾਲ ਚੈੱਕ ਕਰੋ, ਇਹ ਵੇਖੋ ਜੀ, ਸੋਹਣਾ ਜਾਨਵਰ ਜੀ, ਇਹ ਵੇਖੋ, ਇਹ ਜਾਲਰ ਦੇ ਖੁਰਮ ਜਾਲਰ ਨੂੰ ਲਾਏ ਨਾ ਦਰਸ਼ਨ ਕਰਾ ਭਰਾਵਾਂ ਨੂੰ, ਇਹ ਵੇਖੋ ਪੱਖਾ ਚੱਲਦਾ ਹੈਗਾ ਨੇ, ਇਹ ਹੁੰਦੇ ਨੇ ਪੱਖੇ, ਇਹ ਜੇ ਨਜ਼ਾਰੇ ਸ਼ੌਕ ਦੇ, ਅਸੀਂ ਕਿਸੇ ਦਾ ਮੁਕਾਬਲਾ ਨਹੀਂ ਕਰਦੇ ਰਾਏ ਸਾਹਿਬ, ਇਹਦੀ ਗੱਲ ਅਸੀਂ, ਉਹ ਆਪਣਾ ਲੋਕੀ ਮਾਲ ਵੇਚਣ, ਰਾਏ ਸਾਹਿਬ ਆਪਣਾ ਵੇਚਣ, ਮੈਂ ਆਪਣਾ ਵੇਚਣਾ ਵੇਚਣਾ ਚਾਹੀਦਾ, ਅਤੇ ਸ਼ਿਕਵਾ ਸ਼ਿਕਾਇਤ ਨਹੀਂ ਕਿਸੇ ਨਾਲ, ਅਤੇ ਮਾਲ ਦੀ ਕੁਆਲਿਟੀ ਚੈੱਕ ਕਰਕੇ ਲਿਜਾਓ। ਅਸੀਂ ਇਹ ਨਹੀਂ ਕਹਿੰਦੇ ਹਰ ਜਿਹੜਾ ਕੋਈ ਲੈ ਕੇ ਆਉਂਦਾ ਆਪਣੀ ਥਾਂ 'ਤੇ ਲੈ ਕੇ ਆਉਂਦਾ, ਲੇਕਿਨ 8 ਦਿਨ ਦੀ ਗਾਰੰਟੀ ਦੀ ਕੋਈ ਗਾਰੰਟੀ ਨਹੀਂ ਦੇ ਰਿਹਾ। ਇਹ ਰਿਕਾਰਡ ਹੈ ਯੂਟਿਊਬ 'ਤੇ, ਅੱਜ ਜਾਣੀ ਯੂਟਿਊਬ 'ਤੇ ਰਿਕਾਰਡ ਆ ਰਿਹਾ ਮਾਸ਼ਾਅੱਲਾ। ਇਸ ਤਰੀਕੇ ਦੀ ਗਾਰੰਟੀ ਕੋਈ ਨਹੀਂ ਦੇ ਰਿਹਾ, ਅਤੇ ਇਹ ਵੀ ਚੈੱਕ ਕਰੋ ਮਾਸ਼ਾਅੱਲਾ, ਥੋੜ੍ਹਾ ਸ਼ਾਇਦ ਬਈ ਅੱਗੇ ਲਿਜਾਓ, ਤਸੱਲੀ ਸ਼ੌਕ ਕਰਾਈਏ ਭਰਾਵਾਂ ਦੇ, ਇਹ ਨਜ਼ਾਰੇ ਕਰੋ ਜੀ।
वेखो चलो सानी बचाया जे वेख्या जे माशाला सुन नाप वेखो किथे ओ 5 फुट दे नाप ही थल्ले 2 फुट के 5 फुट 2 एक 2.5 फुट 2.5 फुट जी हो जानी 2.5 फुट नाप है जालर चेक करो आ पखा चलाओ ना शायद भाई माशाला बुराना महसूस करया जे मेरे मुंह च 5 निकल गया ए ए माशाला ते मेहनत करना तुहानू साडी वीडियो बड़ी चंगी लगेगी अगे चंगी लगे ते इनू करना लाइक कमेंट्स करने ने भाई ये जानवर सोने ने या नहीं नाल आर्मी पाक आर्मी जिंदाबाद कमेंट्स करना नाल पाकिस्तान जिंदाबाद कमेंट्स करना है हुण दिओ इजाजत अपने भाई एजी अज़र खान नूं अस्सलामु अलैकुम व रहमतुल्लाहि व बरकातुहू।